ਖਾਲਸਾ ਦਾ ਮੈਂ ਇੱਕ ਵਾਰੀ ਫੇਰ ਕਹਿਣਾ ਲੈ ਨਾਰਾ ਲਾ ਦਿੰਦੇ ਹਾਂ ਖਾਲਿਸਤਾਨ ਜਿੰਦਾਬਾਦ। ਇਹ ਕੋਈ ਗਨਾਹ ਥੋੜੀ ਹੋ ਗਿਆ, ਮੈਂ ਕਹਿੰਦਾ ਲਾਈਏ। ਪਰ ਜਿਹੜੀ ਥਾਂ ਤੇ ਆਪਾਂ ਖੜੇ ਹਾਂ ਨਾ ਅੱਜ, ਜਿੱਥੇ ਆਪਾਂ ਅੱਜ ਸੰਘਰਸ਼ ਲੜ ਰਹੇ ਹਾਂ, ਜੇ ਇਹਨੂੰ ਕਿਸੇ ਹੋਰ ਪਾਸੇ ਵੱਲ ਲੈ ਕੇ ਜਾਣਾ, ਧੱਕਣਾ ਇੱਕ ਕਾਰਨਰ 'ਚ ਅਸੀਂ ਆਪਦੇ ਆਪ ਨੂੰ ਲੈ ਕੇ ਜਾਣਾ, ਤਾਂ ਇਹ ਨਾਰੇ ਲਾਉਣ ਲੱਗ ਜਾਂਦੇ ਹਾਂ। ਪਰ ਜੇ ਅਸੀਂ ਆਪਦੇ ਨਾਲ ਹੋਰ ਵਰਗਾਂ ਨੂੰ ਵੀ ਤੋਰਨਾ, ਉਹਨਾਂ ਸਾਰੇ ਬੰਦਿਆਂ ਨੂੰ ਤੋਰਨਾ ਜਿਨ੍ਹਾਂ ਦੀ ਮਾਨਸਿਕਤਾ 'ਚ ਡਰ ਬਿਠਾ ਦਿੱਤਾ ਗਿਆ, ਜਿਨ੍ਹਾਂ ਦੀ ਮਾਨਸਿਕਤਾ ਉਹ ਆਪਦੇ ਕਿਰਦਾਰਾਂ ਤੋਂ ਪਾਸੇ ਹੋਏ ਫਿਰਦੇ ਆ। ਕਿਰਦਾਰ ਕੀ ਸੀ? ਨਿਰਭਉ ਤੇ ਨਿਰਵੈਰ। ਮੈਨੂੰ ਇੱਕ ਬੰਦਾ ਦਿਖਾ ਦਿਓ ਪੰਜਾਬ 'ਚ ਜਿਹੜਾ ਨਿਰਭਉ ਹੋਵੇ ਤੇ ਨਿਰਵੈਰ ਹੋਵੇ। ਜੇ ਨਿਰਵੈਰ ਹੁੰਦੇ ਤਾਂ ਜਦ ਜਿਹੜੀ ਗੱਲ ਇੱਥੇ ਹੋਈ ਸੀ, ਆਪਾਂ ਮੈਂ ਤਾਂ ਕਿਸੇ ਨੂੰ ਨਹੀਂ ਰੋਕਿਆ ਖਾਲਿਸਤਾਨ ਦਾ ਨਾਰਾ ਲਾਉਣ ਤੋਂ, ਪਰ ਕਿਸੇ ਹੋਰ ਬੰਦੇ ਨੇ ਰਿਐਕਸ਼ਨ ਕਰਤਾ। ਅਤੇ ਜੇ ਨਿਰਵੈਰ ਹੁੰਦੇ ਫਿਰ ਵੈਰ ਨਹੀਂ ਕੱਢਣਾ ਸੀ, ਫਿਰ ਉਹਨਾਂ ਨੇ ਸੰਵਾਦ ਕਰਨਾ ਸੀ, ਉਹਨਾਂ ਨੇ ਗੱਲਾਂ ਪੁੱਛਣੀਆਂ ਸੀ, ਫਿਰ ਮਨਮਤ ਨਹੀਂ ਹੋਣੀ ਸੀ, ਗੁਰਮਤ ਹੋਣੀ ਸੀ। ਗੁਰਮਤ 'ਚ ਤਾਂ ਸੰਵਾਦ ਹੁੰਦਾ ਹੁੰਦਾ, ਗੁਰਮਤ 'ਚ ਤੋਮਤਾਂ ਨਹੀਂ ਲੱਗਦੀਆਂ ਹੁੰਦੀਆਂ, ਤੋਮਤਾਂ ਤਾਂ ਮਨਮਤ ਲਾਉਂਦੀ ਆ। ਫਿਰ ਮੇਰੇ ਤੋਂ ਸਵਾਲ ਕਰਦੇ, ਬਾਈ ਆਹ ਕੀ ਗੱਲ, ਤੁਸੀਂ ਤਾਂ ਸਰਕਾਰਾਂ ਤੇ ਤੁਹਾਡੇ 'ਚ ਫਰਕ ਕੀ ਰਹਿ ਗਿਆ? ਜਿਵੇਂ ਸਰਕਾਰਾਂ ਬਿਹੇਵ ਕਰਦੀਆਂ ਉਵੇਂ ਤੁਸੀਂ ਬਿਹੇਵ ਕਰੀ ਜਾਂਦੇ ਹੋ, ਫਿਰ ਤਾਂ ਕੋਈ ਫਰਕ ਹੀ ਨਹੀਂ ਰਹਿ ਗਿਆ ਤੁਹਾਡੇ ਤੇ ਸਰਕਾਰਾਂ 'ਚ। ਔਰ ਗੱਲ ਕੀ ਆ, ਹੁਣ ਸਾਨੂੰ ਆ ਖੜੇ ਆ ਸਾਹਮਣੇ ਆਪਣੇ ਇੰਸਪੈਕਟਰ ਸਾਹਿਬ, CID ਵਾਸਤੇ ਖੜੇ ਆ ਜਾਂ ਵੈਸੇ ਅਮਨ ਅਮਾਨ ਬਣਾਉਣ ਵਾਸਤੇ ਖੜੇ ਆ, ਸਾਡੇ ਤੋਂ ਕੀ CID ਲੈ ਲੈਣਗੇ? ਜੋ ਅੰਦਰ ਆ ਉਹੀ ਬਾਹਰ ਆ। ਹੁਣ ਇੱਕ ਯੂਨੀਅਨ ਆਫ ਇੰਡੀਆ, ਇਹ ਦੇਸ਼ ਆ ਜਿਹੜਾ ਯੂਨੀਅਨ ਆਫ ਇੰਡੀਆ, ਇੱਥੇ ਬਹੁ ਕੌਮੀਅਤ ਵੱਸਦੀ ਆ, ਵੱਖ ਵੱਖ ਤਰ੍ਹਾਂ ਦੀ ਕੌਮੀਅਤ ਨੇ ਮਿਲ ਕੇ ਜਿਹਦੇ 'ਚ ਇੱਕ ਦੇਸ਼ ਸਿਰਜਿਆ ਹੋਇਆ ਉਹ ਯੂਨੀਅਨ 'ਚ। ਜਦੋਂ ਉਸ ਯੂਨੀਅਨ 'ਚ ਤੁਸੀਂ ਕਿਸੇ ਨੂੰ ਇੰਨਾ ਤੰਗ ਕਰ ਦਿਓਗੇ, ਉਹਨਾਂ ਨੂੰ ਉਹਨਾਂ 'ਤੇ ਜ਼ਬਰ ਜ਼ੁਲਮ ਕਰੋਗੇ, ਉਹਨਾਂ ਦੇ ਹੱਕ ਨਹੀਂ ਦਿਓਗੇ, ਉਹਨਾਂ ਨੂੰ ਪਹਿਲੇ ਦਰਜੇ ਦਾ ਸਿਟੀਜ਼ਨ ਹੋਣ ਦਾ ਅਹਿਸਾਸ ਨਹੀਂ ਰਹੂਗਾ। ਦੇਖੋ ਕਿਸੇ ਦੇਸ਼ ਨਾਲ ਬੰਦਾ ਕਦੋਂ ਜੁੜਿਆ ਹੁੰਦਾ, ਇੱਕ ਸੈਂਸ ਆਫ ਬਿਲੋਂਗਿੰਗ ਹੁੰਦੀ ਆ ਅੰਦਰ, ਦੇਸ਼ ਮੇਰਾ